ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈ ਕੈਂਪ ਦੇ ਅੱਜ ਦੇ ਐਪੀਸੋਡ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਐਪੀਸੋਡ ਵਿੱਚ ਸੈਗਮੈਂਟ ਸ਼ਾਮਲ ਹਨ ਅਧਿਆਪਕ ਮਹਾਨ, ਆਨੰਦਮਈ ਪਰਿਵਾਰਿਕ ਜੀਵਨ, ਕਿਛ ਸੁਣੀਐ ਕਿਛ ਕਹੀਐ। ਚੰਗਾ ਅਧਿਆਪਕ ਕਲਾਸ ਵਿੱਚ ਆਉਂਦਿਆਂ ਹੀ ਸਮਾਈਲ ਕਰਦਾ ਹੈ, ਰੁਚੀ ਪੈਦਾ ਕਰਦਾ ਹੈ ਅਤੇ ਆਮ ਜੀਵਨ ਨਾਲ ਗੱਲਾਂ ਜੋੜ ਕੇ ਪੜ੍ਹਾਉਂਦਾ ਹੈ। ਇਹ ਬਹੁਤ ਵਧੀਆ ਗੱਲ ਹੈ। ਸੁਣਦੇ ਸੁਣਦੇ ਸਾਰੇ ਇੱਕ ਵਾਰੀ ਸਮਾਈਲ ਕਰ ਲਓ ਜੀ। ਸਮਾਈਲ ਕਰਨਾ ਇੱਕ ਮਨੁੱਖ ਦਾ ਬਹੁਤ ਕੀਮਤੀ ਖਜ਼ਾਨਾ ਹੈ। ਜਦੋਂ ਅਸੀਂ ਸਮਾਈਲ ਕਰਦੇ ਹਾਂ ਅਸੀਂ ਇੱਕਦਮ ਰਿਲੇਸ਼ਨ ਬਣਾ ਲੈਂਦੇ ਹਾਂ, ਅਤੇ ਜਦੋਂ ਅਧਿਆਪਕ ਕਲਾਸ 'ਚ ਜਾ ਕੇ ਸਮਾਈਲ ਕਰਦਾ ਹੈ ਉਹ ਬੱਚਿਆਂ ਦੀ ਚਿੰਤਾਵਾਂ ਨੂੰ, ਉਹਨਾਂ ਦੀ ਸੋਚਾਂ ਨੂੰ ਦੂਰ ਕਰਕੇ ਆਪਣੇ ਆਪ 'ਤੇ ਕੇਂਦਰਿਤ ਕਰ ਲੈਂਦਾ ਹੈ। ਬੱਚੇ ਪੜ੍ਹਨ ਦੇ ਸਿੱਖਣ ਦੇ ਮਾਹੌਲ ਵਿੱਚ ਆ ਜਾਂਦੇ ਹਨ। ਅਤੇ ਦੂਸਰੀ ਗੱਲ ਹੈ, ਸਮਾਈਲ ਕਰਨ ਦੇ ਨਾਲ ਰੁਚੀ ਪੈਦਾ ਹੋ ਜਾਏਗੀ। ਅਤੇ ਹੋਰ ਵਧੀਆ ਗੱਲ ਹੈ ਜੇ ਅਸੀਂ ਉਹਨਾਂ ਨੂੰ ਆਮ ਜੀਵਨ ਦੀਆਂ ਗੱਲਾਂ ਨਾਲ ਜੋੜ ਕੇ ਪੜ੍ਹਾਈਏ। ਮੈਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀ ਇੱਕ ਟੀਚਰ ਨੇ ਗੱਲ ਸੁਣਾਈ ਕਿ ਉਹ ਇੱਕ ਦਿਨ ਆਪਣੀ ਕਲਾਸ ਦੇ ਵਿੱਚ ਇਕਨੋਮਿਕਸ ਪੜ੍ਹਾ ਰਹੀ ਸੀ ਬੇਟੀ, ਔਰ ਜਦੋਂ ਉਹਨੇ ਦੇਖਿਆ ਵੀ ਕਲਾਸ ਦਾ ਉਹ ਜਿਹੜਾ ਸਬਜੈਕਟ ਜਿਹੜਾ ਟੋਪਿਕ ਉਹਨੇ ਪੜ੍ਹਾਉਣਾ ਸੀ ਉਹਦੇ ਬਾਰੇ ਕਲਾਸ ਦੇ ਵਿੱਚ ਇੰਟਰਸਟ ਨਹੀਂ ਆ ਰਿਹਾ ਸੀ, ਉਸ ਟੀਚਰ ਨੇ, ਉਸ ਅਧਿਆਪਕ ਨੇ ਕੀ ਕੀਤਾ, ਉਹਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਖਿੜਕੀ ਵਿੱਚੋਂ ਬਾਹਰ ਦੇਖੋ। ਹੁਣ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ, ਉੱਥੇ ਬੜੇ ਸਾਰੇ ਪਹਾੜ ਹਨ ਅਤੇ ਬੱਚੇ ਪਹਾੜਾਂ ਵੱਲ ਦੇਖਣ ਲੱਗ ਗਏ, ਅਤੇ ਉਹਨੇ ਅਧਿਆਪਕ ਨੇ ਕੀ ਕੀਤਾ, ਉਹਨਾਂ ਪਹਾੜਾਂ ਵਰਗਾ ਇੱਕ ਚਿੱਤਰ ਆਪਣੇ ਬੋਰਡ 'ਤੇ ਬਣਾ ਕੇ ਉੱਥੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਕਿ ਅੱਜ ਜਿਹੜਾ ਮੈਂ ਗ੍ਰਾਫ ਤੁਹਾਨੂੰ ਪੜ੍ਹਾਉਣਾ ਹੈ ਉਹ ਇੰਨਾ ਪਹਾੜਾਂ ਵਰਗਾ ਹੈ। ਔਰ ਉਸ ਤੋਂ ਬਾਅਦ ਉਸ ਕਲਾਸ ਦਾ ਇੰਨਾ ਇੰਟਰਸਟ ਬਣਿਆ ਕਿ ਉਹ ਬੱਚਿਆਂ ਨੂੰ ਉਹ ਚੀਜ਼ ਵੀ ਸਮਝ ਆ ਗਈ। ਜ਼ਰੂਰੀ ਗੱਲ ਹੈ ਕਿ ਅਸੀਂ ਰੋਜ਼ ਦੀਆਂ ਚੀਜ਼ਾਂ ਦੇ ਨਾਲ, ਰੋਜ਼ ਦੀਆਂ ਘਟਨਾਵਾਂ ਦੇ ਨਾਲ ਜਦੋਂ ਜੋੜ ਕੇ ਪੜ੍ਹਾਈ ਕਰਾਵਾਂਗੇ ਤਾਂ ਉਹ ਬੱਚਿਆਂ ਦੇ ਵਿੱਚ ਜ਼ਿਆਦਾ ਚਿਰ ਤੱਕ ਟਿਕੀ ਰਹੇਗੀ ਅਤੇ ਉਹਨਾਂ ਨੂੰ ਸਮਝ ਆਵੇਗੀ। ਜਿਵੇਂ ਅਸੀਂ ਕਹਿੰਦੇ ਹਾਂ ਸਾਡੇ ਮਾਤਾ ਜੀ ਸਭ ਤੋਂ ਚੰਗੇ ਹਨ, ਸਾਡੀ ਭੈਣ ਕਮਾਲ ਦੀ ਹੈ, ਸਾਡੀ ਬੇਟੀ ਬੜੀ ਚੰਗੀ ਹੈ, ਇਵੇਂ ਹੀ ਕਹਿਣਾ ਸ਼ੁਰੂ ਕਰੀਏ ਸਾਡੀ ਨੂੰ, ਮੇਰੀ ਪਤਨੀ ਬੜੀ ਚੰਗੀ ਹੈ, ਕਮਾਲ ਦੀ ਹੈ, ਦੇਖਣਾ ਫਿਰ ਉਹ ਹੋਰ ਵੀ ਚੰਗੀ ਬਣ ਜਾਏਗੀ। ਅਸੀਂ ਆਮ ਤੌਰ 'ਤੇ ਨੂੰਹਾਂ ਦੀ ਤਾਰੀਫ ਨਹੀਂ ਕਰਦੇ, ਨੂੰਹਾਂ ਨੂੰ ਆਪਣੀ ਧੀ ਜਾਣੀਏ। ਜਿਵੇਂ ਆਪਣੀ ਧੀ ਦੀ ਤਾਰੀਫ ਕਰਦੇ ਹਾਂ ਉਵੇਂ ਹੀ ਨੂੰਹ ਦੀ ਤਾਰੀਫ ਕਰੀਏ। ਯਾਦ ਰੱਖੀਏ ਜਿਸ ਦੀ ਤਾਰੀਫ ਕੀਤੀ ਜਾਂਦੀ ਹੈ ਉਹ ਹੋਰ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਜਿਸ ਦੀ ਆਲੋਚਨਾ ਕੀਤੀ ਜਾਂਦੀ ਹੈ ਉਹ ਤੁਹਾਡੇ ਨਾਲ ਲੜਦਾ ਹੈ। ਆਓ, ਕਿਸੇ ਨੂੰ ਸੁਧਾਰਨਾ ਹੈ ਅਤੇ ਤਾਰੀਫ ਕਰਨਾ ਵੀ ਇੱਕ ਢੰਗ ਹੈ ਕਿਸੇ ਨੂੰ ਸੁਧਾਰਨ ਦਾ। ਕਿਛ ਸੁਣੀਏ ਕਿਛ ਸੁਣੀਏ ਕਿਛ ਕਹੀਏ ਸੈਗਮੈਂਟ ਵਿੱਚ ਅੱਜ ਅਸੀਂ ਗੱਲ ਕਰਾਂਗੇ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ। ਇਸ ਹਫ਼ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਹਿਲਾ ਪ੍ਰਕਾਸ਼ ਪੁਰਬ, ਪਰ ਇਹ ਪਹਿਲਾ ਤਾਂ ਨਹੀਂ ਹੈ, ਪਹਿਲਾਂ ਤਾਂ 1604 ਵਿੱਚ ਹੋਇਆ ਸੀ, ਪਰ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਜਦੋਂ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ ਸੀ 1604 ਸੰਨ ਦੇ ਵਿੱਚ, ਔਰ ਸੰਨ 2004 ਵਿੱਚ ਅਸੀਂ ਇਸਦਾ 400 ਸਾਲਾ ਪੁਰਬ ਮਨਾਇਆ ਸੀ। ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹਾਂ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਤਾਂ ਇਹਦਾ ਮਤਲਬ ਕੀ ਹੈ? ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖਾਲਸਾ ਕਿਆ ਕਰਦੇ ਸਨ
ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ। ਜਿੱਥੇ ਅਸੀਂ ਗੁਰਬਾਣੀ ਨੂੰ ਗੁਰੂ ਮੰਨਣਾ ਹੈ ਉੱਥੇ ਅਸੀਂ ਗੁਰਬਾਣੀ ਦੀ ਗੱਲ ਵੀ ਮੰਨਣੀ ਹੈ। ਉਹ ਕਿਹੜੀ ਗੱਲ ਹੈ, ਉਹ ਕਿਹੜੇ ਉਪਦੇਸ਼ ਹਨ ਬਾਣੀ ਦੇ ਜਿਹੜੇ ਸਾਨੂੰ ਆਪਣੇ ਜੀਵਨ 'ਚ ਵਸਾਉਣੇ ਚਾਹੀਦੇ ਹਨ? ਦਰਅਸਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਵੀ ਸ਼ਬਦ ਸੀ ਅਤੇ ਸਾਡਾ ਗੁਰੂ ਵੀ ਸ਼ਬਦ ਹੈ। ਕਿੰਨੀ ਕਮਾਲ ਦੀ ਗੱਲ, ਜਿਹੜਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਸੀ ਸ਼ਬਦ, ਉਹੀ ਸ਼ਬਦ ਅੱਜ ਸਾਡਾ ਗੁਰੂ ਹੈ। ਉਸ ਸ਼ਬਦ ਨੂੰ ਅਸੀਂ ਕੇਵਲ ਪੜ੍ਹਨਾ ਨਹੀਂ, ਉਸਨੂੰ ਸਮਝਣਾ ਵੀ ਹੈ, ਉਸਨੂੰ ਵਿਚਾਰਨਾ ਵੀ ਹੈ ਅਤੇ ਉਸਨੂੰ ਕਮਾਉਣਾ ਵੀ ਹੈ। ਔਰ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 1 ਤੋਂ ਲੈ ਕੇ 13 ਤੱਕ ਨਿਤਨੇਮ ਦੀਆਂ ਬਾਣੀਆਂ ਹਨ, ਜਿਨ੍ਹਾਂ ਵਿੱਚ ਜਪਜੀ ਸਾਹਿਬ ਦੀ ਬਾਣੀ ਅੰਗ 1 ਤੋਂ ਲੈ ਕੇ ਅੰਗ 8 ਤੱਕ ਹੈ। ਉਸ ਤੋਂ ਬਾਅਦ ਸੋਦਰ ਦੇ 5 ਸ਼ਬਦ, ਫਿਰ ਸੋ ਪੁਰਖ ਦੇ 4 ਸ਼ਬਦ, ਜਿਹੜੀ ਸਾਡੀ ਸ਼ਾਮ ਦੀ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ 9 ਸ਼ਬਦ ਸ਼ਾਮਿਲ ਹਨ, ਔਰ ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਹੈ। ਸੋ ਇਹ ਪਹਿਲਾ ਭਾਗ ਹੈ ਗੁਰੂ ਗ੍ਰੰਥ ਸਾਹਿਬ ਦਾ ਜਿਹਦੇ ਵਿੱਚ ਇਹ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਹਨ। ਇਸ ਤੋਂ ਬਾਅਦ 14 ਅੰਗ ਤੋਂ ਲੈ ਕੇ 1353 ਤੱਕ ਸਾਰੀ ਬਾਣੀ ਰਾਗਾਂ ਵਿੱਚ ਹੈ। ਇਹ ਵੀ ਕਿੰਨੀ ਕਮਾਲ ਦੀ ਗੱਲ, ਗੁਰੂ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਬੱਧ ਕੀਤਾ ਹੈ। ਪਹਿਲਾ ਰਾਗ ਸ੍ਰੀ ਰਾਗ ਅਤੇ ਅਖੀਰਲਾ ਰਾਗ ਜੈ ਜੈਵੰਤੀ ਰਾਗ। ਔਰ ਇਹਨਾਂ ਰਾਗਾਂ ਦੇ ਵਿੱਚ ਫਿਰ ਬਾਣੀ ਦੀ ਤਰਤੀਬ ਹੈ। ਹਰ ਰਾਗ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਹਨ, ਅਤੇ ਸ਼ਬਦ ਵੀ ਕੀ ਢੰਗ ਹੈ ਕਿ ਪਹਿਲਾਂ ਸ਼ਬਦ ਹਨ, ਫਿਰ ਅਸ਼ਟਪਦੀਆਂ ਹਨ, ਫਿਰ ਛੰਤ ਹਨ। ਇਸੇ ਤਰੀਕੇ ਨਾਲ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਸਰੇ ਦੀ, ਤੀਸਰੇ ਪਾਤਸ਼ਾਹ ਦੀ, ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਹੀ 6 ਗੁਰੂ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। 6 ਗੁਰੂਆਂ ਤੋਂ ਇਲਾਵਾ 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ ਅਤੇ 4 ਗੁਰਸਿੱਖਾਂ ਦੀ ਬਾਣੀ ਹੈ। ਈ ਕੈਂਪਰਸ, ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਹੈ। ਇਹ 15 ਦੇ 15 ਭਗਤ ਸਿੱਖ ਨਹੀਂ ਸਨ, ਇਹ ਸਾਰੇ ਕੋਈ ਉੱਚੀ ਜਾਤ ਵਾਲੇ ਵੀ ਨਹੀਂ ਸਨ। ਗੁਰੂ ਸਾਹਿਬ ਨੇ ਕਿਸੇ ਦੀ ਜਾਤ ਨਹੀਂ ਦੇਖੀ, ਕਿਸੇ ਦਾ ਰੰਗ ਨਹੀਂ ਦੇਖਿਆ, ਕਿਸੇ ਦਾ ਕਿੱਤਾ ਨਹੀਂ ਵੇਖਿਆ, ਕਿਸੇ ਦਾ ਖਿੱਤਾ ਨਹੀਂ ਦੇਖਿਆ। ਖਿੱਤਾ ਭਾਵ ਰਿਜਨ, ਕਿਹੜੇ ਏਰੀਏ ਤੋਂ ਨੇ। ਕਿੱਥੇ ਬੰਗਾਲ ਤੋਂ ਭਗਤ ਜੈਦੇਵ ਜੀ, ਰਾਜਸਥਾਨ ਤੋਂ ਭਗਤ ਧੰਨਾ ਜੀ, ਯੂਪੀ ਤੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ। ਗੁਰੂ ਸਾਹਿਬ ਨੇ ਕਿਸੇ ਦਾ ਧਰਮ ਨਹੀਂ ਦੇਖਿਆ, ਖਿੱਤਾ ਨਹੀਂ ਦੇਖਿਆ, ਕਿੱਤਾ ਨਹੀਂ ਦੇਖਿਆ, ਸਿਰਫ ਕੀ ਦੇਖਿਆ, ਉਹਨਾਂ ਦੇ ਵਿਚਾਰ ਕਿਵੇਂ ਦੇ ਹਨ। ਜਿਨ੍ਹਾਂ ਦੇ ਵਿਚਾਰ ਇੱਕ ਪਰਮਾਤਮਾ ਨਾਲ ਮਿਲਦੇ ਸਨ, ਜਿਨ੍ਹਾਂ ਦੇ ਵਿਚਾਰ, ਜਿਨ੍ਹਾਂ ਦੀ ਬਾਣੀ ਇੱਕ ਅਕਾਲ ਪੁਰਖ ਨਾਲ ਜੋੜਦੀ ਸੀ, ਪਾਤਸ਼ਾਹ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਇਹ ਬਹੁਤ ਵੱਡਾ ਭਰਾਤਰੀ ਭਾਵ ਹੈ, ਬ੍ਰਦਰਹੁੱਡ ਆਫ ਮੈਨਕਾਇੰਡ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਕਿ ਫਾਦਰਹੁੱਡ ਆਫ ਗੋਡ, ਵਨ ਗੋਡ, ਇੱਕ ਗੋਡ ਸਾਡਾ ਪਿਤਾ ਹੈ, ਅਤੇ ਬ੍ਰਦਰਹੁੱਡ ਆਫ ਮੈਨਕਾਇੰਡ, ਸਾਰੀ ਮਨੁੱਖਤਾ ਦੇ ਲੋਕ ਸਾਡੇ ਭਰਾ ਭੈਣ ਹਨ। ਪਾਤਸ਼ਾਹ ਨੇ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਕਾਇਮ ਕੀਤੀ। ਅਸੀਂ ਕਈ ਵਾਰੀ ਗੱਲ ਕਰਦੇ ਹਾਂ ਨਾ, ਫਲਾਣਾ ਬੜਾ ਬਦਲ ਗਿਆ, ਉਹਦਾ ਕੀ ਬਦਲ ਜਾਂਦਾ ਹੈ? ਨੱਕ ਬਦਲ ਜਾਂਦਾ ਹੈ? ਅੱਖਾਂ ਬਦਲ ਜਾਂਦੀਆਂ ਨੇ? ਨਹੀਂ, ਕੁਝ ਵੀ ਨਹੀਂ ਬਦਲਦਾ, ਉਸਦੇ ਵਿਚਾਰ ਬਦਲ ਜਾਂਦੇ ਨੇ। ਸਭ ਤੋਂ ਵੱਡੀ ਰਿਸ਼ਤੇਦਾਰੀ ਵਿਚਾਰਾਂ ਦੀ ਰਿਸ਼ਤੇਦਾਰੀ ਹੈ, ਅਤੇ ਗੁਰੂ ਸਾਹਿਬ ਨੇ ਜਿਹੜੇ ਜਿਹੜੇ ਭਗਤਾਂ ਦੇ ਵਿਚਾਰ ਉਹਨਾਂ ਦੇ ਨਾਲ ਮਿਲਦੇ ਸਨ, ਪਰਮਾਤਮਾ ਨਾਲ ਜੋੜਦੇ ਸਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਹਿਸਾਬ ਦੇ ਨਾਲ ਕੇਵਲ ਸਿੱਖਾਂ ਦੇ ਗੁਰੂ ਨਹੀਂ ਹਨ, ਗੁਰੂ ਗ੍ਰੰਥ ਸਾਹਿਬ ਸਾਰੀ ਮਾਨਵਤਾ ਦੇ ਗੁਰੂ ਹਨ। ਦੇਖੋ ਕਿੰਨੀ ਕਮਾਲ ਦੀ ਗੱਲ ਕਿ ਅਸੀਂ ਪੰਜਾਬ ਵਿੱਚ ਬੈਠੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ ਜੋ ਮਰਾਠੀ, ਉਹਦੇ 'ਚ ਸ਼ਬਦ ਬਹੁਤ ਜ਼ਿਆਦਾ ਨੇ। ਭਾਸ਼ਾਵਾਂ ਦੀ ਏਕਤਾ ਕਰਤੀ ਗੁਰੂ ਸਾਹਿਬ ਨੇ। ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦੇ ਗੁਰੂ ਹਨ। ਹਾਂ, ਇਹਨਾਂ ਦੀ ਸੇਵਾ ਸੰਭਾਲ ਦੀ ਡਿਊਟੀ ਸਾਡੀ ਲੱਗੀ ਹੈ ਕਿ ਮਰਿਆਦਾ ਰੱਖਣੀ ਹੈ, ਬਟ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਨੂੰ ਸੰਬੋਧਨ ਹੁੰਦੇ ਹਨ, ਸਭ ਨੂੰ ਭਾਈ ਕਹਿੰਦੇ ਹਨ, ਸਭ ਨੂੰ ਮਿੱਤਰ ਕਹਿੰਦੇ ਹਨ,
ਸਭ ਨੂੰ ਸੰਤੋ ਕਹਿੰਦੇ ਹਨ, ਇਸ ਤਰ੍ਹਾਂ ਪ੍ਰੇਰਨਾ ਕਰਦੇ ਹਨ ਕਿ ਆਓ ਅਸੀਂ ਸਾਰੇ ਜੁੜੀਏ। ਇਹ ਕੈਂਪਰਸ ਕਿੰਨੇ ਕਮਾਲ ਦੀ ਗੱਲ ਹੈ ਕਿ ਸਿੱਖ ਸਿਧਾਂਤ ਐਸਾ ਨਹੀਂ ਹੈ ਕਿ ਅਸੀਂ ਸਾਰਿਆਂ ਨੂੰ ਸਿੱਖ ਬਣਾ ਲੈਣਾ, ਨਾ ਨਾ ਨਾ। ਹਰ ਧਰਮ ਵਾਲੇ ਚਾਹੁੰਦੇ ਨੇ ਸਾਡੇ ਧਰਮ ਵਾਲਿਆਂ ਦੀ ਗਿਣਤੀ ਵਧੇ, ਜਾਂ ਅਸੀਂ ਜ਼ੋਰ ਜ਼ਬਰਦਸਤੀ ਦੂਜਿਆਂ ਨੂੰ ਆਪਣੇ ਧਰਮ ਵਿੱਚ ਲਿਆਈਏ। ਸਿੱਖਇਜ਼ਮ ਇਸ ਤਰ੍ਹਾਂ ਨਹੀਂ ਚਾਹੁੰਦਾ। ਸਿੱਖ ਦਾ ਨਿਸ਼ਾਨਾ ਸਾਰਿਆਂ ਨੂੰ ਸਿੱਖ ਬਣਾਉਣਾ ਨਹੀਂ ਹੈ। ਹਾਂ, ਸਿੱਖ ਦਾ ਨਿਸ਼ਾਨਾ ਹੈ ਧਰਮ ਕਾ ਜੈਕਾਰ, ਜੋ ਅਸੀਂ ਅਰਦਾਸ ਵਿੱਚ ਬੋਲਦੇ ਹਾਂ। ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਭਾਈ, ਜੇ ਤੁਸੀਂ ਮੁਸਲਮਾਨ ਹੋ, ਚੰਗੇ ਮੁਸਲਮਾਨ ਬਣੋ, ਇਸ ਤਰ੍ਹਾਂ ਦੀਆਂ ਨਮਾਜ਼ਾਂ ਪੜ੍ਹੋ, ਇਸ ਤਰ੍ਹਾਂ ਦੇ ਸ਼ੁਭ ਅਮਲ ਕਰੋ, ਜੇ ਤੁਸੀਂ ਹਿੰਦੂ ਹੋ ਤਾਂ ਇਸ ਤਰ੍ਹਾਂ ਦੀ ਪਾਠ ਪੂਜਾ ਕਰੋ। ਐਸੀ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਕਰਦੇ ਹਨ ਕਿ ਸਾਰੀ ਮਨੁੱਖਤਾ ਪਰਮਾਤਮਾ ਨਾਲ ਜੁੜੇ, ਭਾਵੇਂ ਉਹ ਪਰਮਾਤਮਾ ਨੂੰ ਕਿਸੇ ਨਾਮ ਨਾਲ ਯਾਦ ਕਰੇ, ਚਾਹੇ ਅੱਲਾ ਕਹਿ ਦਿਓ, ਚਾਹੇ ਰਾਮ ਕਹਿ ਦਿਓ, ਚਾਹੇ ਰਹੀਮ ਕਹਿ ਦਿਓ, ਚਾਹੇ ਗੋਪਾਲ ਕਹਿ ਦਿਓ, ਚਾਹੇ ਵਿਠਲ ਕਹਿ ਦਿਓ, ਚਾਹੇ ਮੁਰਾਰੀ ਕਹਿ ਦਿਓ, ਇਹ ਸਾਰੇ ਨਾਮ ਪਰਮਾਤਮਾ ਦੇ ਨਾਮ ਹਨ। ਮੈਂ ਮਹਿਸੂਸ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਅਸੀਂ ਆਪਣੇ ਅੰਦਰ ਭਾਵਨਾ ਲੈ ਕੇ ਆਈਏ ਕਿ ਅਸੀਂ ਸਭ ਨੂੰ ਪਿਆਰ ਕਰਨਾ ਹੈ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਉੱਚੀ ਜਾਤ ਦਾ ਹੈ, ਚਾਹੇ ਨੀਵੀਂ ਜਾਤ ਦਾ ਹੈ, ਚਾਹੇ ਪੜ੍ਹਿਆ ਹੈ, ਚਾਹੇ ਅਨਪੜ੍ਹਿਆ ਹੈ, ਚਾਹੇ ਗੋਰਾ ਹੈ, ਚਾਹੇ ਕਾਲਾ ਹੈ, ਸਭ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਦੇਖਣਾ, ਸਭ ਨੂੰ ਪਿਆਰ ਕਰਨਾ, ਇਹ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਵੱਡਾ ਸੁਨੇਹਾ ਹੈ। ਮੈਂ ਗੱਲ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਭਾਗ ਦੇ ਵਿੱਚ ਨਿਤਨੇਮ ਦੀ ਬਾਣੀ ਆ, ਅਤੇ ਦੂਜਾ ਭਾਗ ਰਾਗਬੱਧ ਬਾਣੀ, ਇੱਕ ਤੀਸਰਾ ਭਾਗ 1353 ਤੋਂ ਲੈ ਕੇ 1430 ਤੱਕ, ਉਹਦੇ ਵਿੱਚ ਫਿਰ ਬਾਣੀਆਂ ਹਨ ਫੁਨਹੇ, ਚਾਉ ਬੋਲੇ, ਸਲੋਕ ਵਾਰਾਂ ਅਤੇ ਵਧੀਕ, ਸਲੋਕ ਕਬੀਰ ਜੀ, ਸਲੋਕ ਫਰੀਦ ਜੀ, ਭੱਟਾਂ ਦੇ ਸਵੱਈਏ, ਔਰ ਅਖੀਰ 'ਤੇ ਦਰਜ ਹੈ ਮੁੰਦਾਵਣੀ। ਮੁੰਦਾਵਣੀ ਮਤਲਬ ਮੋਰ ਲੱਗ ਗਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਹੋਰ ਬੜੀ ਵਿਸ਼ੇਸ਼ਤਾ ਹੈ, ਪਾਤਸ਼ਾਹ ਨੇ ਬਹੁਤ ਸਾਰੀਆਂ ਬਾਣੀਆਂ ਵਿੱਚ ਅਤੇ ਬਹੁਤ ਸਾਰੇ ਸ਼ਬਦਾਂ ਵਿੱਚ ਇੱਕ ਚੀਜ਼ ਦੀ ਵਰਤੋਂ ਕੀਤੀ ਹੈ, ਰਹਾਓ। ਰਹਾਓ ਦਾ ਮਤਲਬ ਹੈ ਠਹਿਰਾਓ, ਠਹਿਰ ਜਾਓ। ਕਾਹਦੇ ਲਈ ਠਹਿਰੀਏ ਜੀ? ਸਾਹ ਲੈਣ ਲਈ, ਸਾਹ ਵੀ ਲੈ ਲਓ, ਪਰ ਰਹਾਓ ਦਾ ਮਤਲਬ ਹੈ ਕਿ ਇਸ ਫੁਰਮਾਨ ਵਿੱਚ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ। ਕਿਸੇ ਵੀ ਸ਼ਬਦ ਦੇ ਕਿਸੇ ਵੀ ਫੁਰਮਾਨ 'ਤੇ ਸਾਨੂੰ ਸਮਝ ਨਾ ਆਵੇ ਵੀ ਇਹਦੇ ਅਰਥ ਇਹ ਨੇ ਜਾਂ ਇਹ ਨੇ, ਅਤੇ ਅਸੀਂ ਉਸ ਸ਼ਬਦ ਦਾ ਰਹਾਓ ਦਾ ਫੁਰਮਾਨ ਦੇਖੀਏ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਬਾਣੀਆਂ ਦੇ ਵਿੱਚ ਰਹਾਓ ਹਨ। ਸਾਰੇ ਸੁਖਮਣੀ ਸਾਹਿਬ ਦੀ ਬਾਣੀ 30 ਅੰਗਾਂ ਦੀ ਬਾਣੀ, ਉਹਦੇ ਵਿੱਚ ਇੱਕ ਰਹਾਓ ਹੈ। ਸਿੱਧ ਗੋਸ਼ ਦੇ ਵਿੱਚ ਰਹਾਓ ਹੈ, ਪਰ ਕਈ ਬਾਣੀਆਂ ਵਿੱਚ ਰਹਾਓ ਨਹੀਂ ਹੈ। ਜਪਜੀ ਸਾਹਿਬ ਵਿੱਚ ਕੋਈ ਰਹਾਓ ਨਹੀਂ ਹੈ। ਵਿਦਵਾਨ ਮੰਨਦੇ ਹਨ ਕਿ ਜਪਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਹਾਂ, ਕਈ ਸ਼ਬਦਾਂ ਵਿੱਚ ਦੋ ਰਹਾਓ ਨੇ, ਇੱਕ ਰਹਾਓ ਵਿੱਚ ਸਵਾਲ ਹੈ, ਦੂਜੇ ਵਿੱਚ ਜਵਾਬ ਹੈ। ਇਹ ਬੜੀ ਕਮਾਲ ਦਾ ਢੰਗ ਬਾਣੀ ਰਚਨਾ ਦਾ। ਬਹੁਤ ਸਾਰੀਆਂ ਗੱਲਾਂ, ਮੈਂ ਬੇਨਤੀ ਕਰਾਂਗਾ ਇਸ ਪੁਰਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹਾਂ, ਅਸੀਂ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਹਿਸੂਸ ਕਰੀਏ, ਆਪਣੇ ਜੀਵਨ ਵਿੱਚ ਵਸਾਈਏ, ਫਿਰ ਸਾਡਾ ਜੀਵਨ ਬਦਲ ਜਾਏਗਾ ਅਤੇ ਸਾਰੇ ਪਾਸੇ ਆਨੰਦ ਹੀ ਆਨੰਦ ਹੋ ਜਾਵੇਗਾ। ਇੱਕ ਵਿਸ਼ੇਸ਼ ਸੂਚਨਾ, 14 ਅਤੇ 15 ਅਕਤੂਬਰ ਨੂੰ ਫਤਿਹ ਟੀਵੀ ਦਾ 6ਵਾਂ ਸਾਲਾਨਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਅਸੀਂ ਆਪਣੇ ਈ ਕੈਂਪ ਦੇ ਕੁਝ ਇਨਾਮ 15 ਤਰੀਕ ਨੂੰ ਲੁਧਿਆਣਾ ਵਿਖੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਹ ਪ੍ਰੋਗਰਾਮ ਹੋਵੇਗਾ। ਉਸ ਸਮੇਂ ਜਥੇਦਾਰ ਸਾਹਿਬਾਨ ਅਤੇ ਹੋਰ ਪੰਥ ਦੀਆਂ ਸ਼ਖਸੀਅਤਾਂ ਪਾਸੋਂ ਇਹ ਸਨਮਾਨ ਈ ਕੈਂਪਰਸ ਨੂੰ ਦਿੱਤੇ ਜਾਣਗੇ। ਮੇਰੀ ਬੇਨਤੀ, ਇਸ ਸੂਚਨਾ ਨੂੰ ਬੜੇ ਧਿਆਨ ਨਾਲ ਸੁਣਨਾ ਕਿ ਸਾਰੇ ਜਣੇ ਅਗਲੇ ਐਤਵਾਰ ਭਾਵ 8 ਸਤੰਬਰ ਦਾ ਐਪੀਸੋਡ, ਜੋ 42ਵਾਂ ਐਪੀਸੋਡ ਹੋਏਗਾ, ਉਹਨੂੰ 8:30 ਵਜੇ ਐਤਵਾਰ ਸਵੇਰੇ ਫਤਿਹ ਟੀਵੀ 'ਤੇ ਜਾਂ ਯੂਟਿਊਬ 'ਤੇ, ਨਾਲ ਦੀ ਨਾਲ ਉਹ ਲਾਈਵ ਸਟ੍ਰੀਮਿੰਗ ਹੋਏਗੀ, ਉਹ ਦੇਖਣਾ। ਔਰ ਹੋ ਸਕਦਾ ਉਹਦੇ ਵਿੱਚ ਤੁਹਾਨੂੰ ਕੋਈ ਅਸਾਈਨਮੈਂਟ ਦਿੱਤੀ ਜਾਵੇ ਕਿ 1 ਘੰਟੇ ਦੇ ਵਿੱਚ ਤੁਸੀਂ ਆਪਣੇ ਗਿਆਨ ਗੋਲਕ ਦੇ ਫਲਾਂ ਐਪੀਸੋਡ ਦੀ ਫੋਟੋ ਖਿੱਚ ਕੇ ਭੇਜੋ।
ਇੱਕ ਜਾਂ ਦੋ ਫੋਟੋਆਂ, ਇਹ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਦੱਸਿਆ ਜਾਏਗਾ ਕਿਹੜੀ ਉਮਰ ਵਾਲਿਆਂ ਨੇ ਕਿਹੜੇ ਐਪੀਸੋਡ ਦੀ ਫੋਟੋ ਭੇਜਣੀ ਹੈ। ਸੋ ਇਹ ਇੱਕ ਹਿੰਟ ਮਿਲ ਗਿਆ ਜੇ, ਆਪੋ ਆਪਣੀ ਗਿਆਨ ਗੋਲਕ ਤਿਆਰ ਕਰ ਲਵੋ। ਜੇ ਕਿਸੇ ਦੇ ਕੋਈ ਐਪੀਸੋਡ ਮਿਸ ਹੋਏ ਹਨ ਤਾਂ ਉਹ ਬਹੁਤ ਜਲਦੀ ਯੂਟਿਊਬ ਤੋਂ ਤੁਸੀਂ ਦੇਖ ਕੇ ਸਾਰੇ ਭਰ ਸਕਦੇ ਹੋ। ਜਿਵੇਂ ਕਿ ਸਾਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ ਅਤੇ ਕਈ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾਇਆ। ਇਸੇ ਤਰ੍ਹਾਂ 3 ਉਦਾਸੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਉੱਤੇ ਗਏ, ਜਿੱਥੇ ਉਹਨਾਂ ਨੇ ਸਿੱਧਾਂ ਅਤੇ ਜੋਗੀਆਂ ਨੂੰ ਠੀਕ ਰਾਹ ਵਿਖਾਇਆ। ਇਹ ਠੀਕ ਰਾਹ ਗੁਰੂ ਜੀ ਨੇ ਆਪਣੀ ਰਚਨਾ ਸਿੱਧ ਗੋਸ਼ਟ ਰਾਹੀਂ ਦੱਸਿਆ, ਜੋ ਕਿ ਉਹਨਾਂ ਨੇ ਉਸ ਅਸਥਾਨ ਉੱਤੇ ਹੀ ਉਚਾਰੀ ਸੀ। ਅਸਲ ਵਿੱਚ ਸਿੱਧ ਗੋਸ਼ਟ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ ਦੇ ਵਿਚਕਾਰ ਇੱਕ ਮਸ਼ਹੂਰ ਆਤਮਿਕ ਅੰਤਰ ਵਿਸ਼ਵਾਸ ਵਾਰਤਾਲਾਪ ਹੈ, ਜੋ ਕਿ ਰਾਮਕਲੀ ਰਾਗ ਵਿੱਚ ਹੈ। ਸਿੱਧ ਗੋਸ਼ਟ ਦਾ ਅੰਤਰੀ ਭਾਵ ਇਸ ਰਾਹੋ ਵਿੱਚ ਹੈ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸਬਦ ਬਿਨ ਮੁਕਤ ਨਾ ਹੋਏ। ਭਾਵ ਗ੍ਰਹਿਸਥ ਛੱਡਣ ਦਾ ਕੋਈ ਲਾਭ ਨਹੀਂ, ਕੋਈ ਸੁੱਚਾ ਨਹੀਂ ਹੋ ਜਾਂਦਾ, ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲਦੀ ਜਦੋਂ ਤੱਕ ਪ੍ਰਭੂ ਦੀ ਸਿਫਤ ਸਲਾਹ ਵਿੱਚ ਮਨ ਨਾ ਜੁੜੇ। ਮਾਇਆ ਦੀ ਖਿੱਚ ਤੋਂ ਖਲਾਸੀ ਨਹੀਂ ਹੁੰਦੀ। ਰੋਜ਼ੀ ਰੋਟੀ ਕਮਾਉਣੀ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ, ਪਰ ਫਿਰ ਮਨੁੱਖ ਨੂੰ ਉਸ ਕਮਾਈ ਨਾਲ ਪਿਆਰ ਪੈ ਜਾਂਦਾ ਹੈ। ਉਸਨੂੰ ਹਰ ਵੇਲੇ ਸੁੱਖ ਅਤੇ ਵਡੱਪਣ ਦਾ ਖਿਆਲ ਆਉਂਦਾ ਰਹਿੰਦਾ ਹੈ। ਇਸ ਅਵਸਥਾ ਨੂੰ ਗੁਰਮਤਿ ਵਿੱਚ ਹਉਮੈ ਦਾ ਨਾਮ ਦਿੱਤਾ ਗਿਆ ਹੈ। ਹਉਮੈ ਵਿੱਚ ਮੇਰ ਤੇਰ ਹੋ ਜਾਂਦੀ ਹੈ, ਆਪਣਾਪਨ ਤੇ ਬੇਗਾਨਾਪਨ ਵੱਧਦਾ ਹੈ। ਹਉਮੈ ਸ਼ਬਦ ਦਾ ਅਰਥ ਸਮਝਣ ਲਈ ਇਸਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਹਉ ਅਤੇ ਮੈਂ। ਹਉ ਸ਼ਬਦ ਸੰਸਕ੍ਰਿਤ ਵਿੱਚੋਂ ਲਿੱਤਾ ਗਿਆ ਹੈ, ਜਿਸ ਦਾ ਭਾਵ ਹੈ ਮੈਂ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਹਉਮੈ ਦਾ ਅਰਥ ਹੈ ਮੈਂ ਕਰਨੀ, ਭਾਵ ਸਵਾਰਥ, ਖੁਦ ਗਰਜ਼ੀ। ਇਹ ਸਵਾਰਥ ਦੁਨੀਆਂ ਨੂੰ ਨਰਕ ਬਣਾ ਦਿੰਦਾ ਹੈ। ਜੋਗੀਆਂ ਦੇ ਅਨੁਸਾਰ ਘਰ ਬਾਰ ਛੱਡ ਕੇ ਜੰਗਲ ਵਸਾ ਕਰਕੇ ਹਉਮੈ ਨੂੰ ਤਿਆਗਿਆ ਜਾ ਸਕਦਾ ਹੈ, ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੁਝਾਅ ਦਾ ਖੰਡਨ ਕਰਦਿਆਂ ਇਹ ਦੱਸਿਆ ਕਿ ਜੇਕਰ ਜੰਗਲ ਵਿੱਚ ਰਹਿ ਕੇ ਵੀ ਮੈਂ ਟਿਕੀ ਰਹੀ, ਹਉਮੈ ਟਿਕੀ ਰਹੀ, ਜਿਵੇਂ ਕਿ ਮੈਂ ਵਰ ਦੇ ਸਕਦਾ, ਮੈਂ ਸ਼ਰਾਬ ਦੇ ਸਕਦਾ, ਫਿਰ ਉਸਦਾ ਕੋਈ ਫਾਇਦਾ ਨਹੀਂ। ਦੂਸਰਾ, ਜੇਕਰ ਸਾਰੇ ਹੀ ਗ੍ਰਸਤੀ ਤਿਆਗ ਗਏ ਤਾਂ ਫਿਰ ਦੁਨੀਆਂ ਕੌਣ ਚਲਾਵੇਗਾ? ਗੁਰੂ ਜੀ ਨੇ ਇਸ ਸੁਝਾਅ ਦਾ ਖੰਡਨ ਕਰਦਿਆਂ ਨਾਲ ਨਾਲ ਸਹੀ ਮਾਰਗ ਵੀ ਦੱਸਿਆ। ਉਹਨਾਂ ਦੇ ਅਨੁਸਾਰ ਗ੍ਰਸਤ ਵਿੱਚ ਰਹਿ ਕੇ ਹੀ ਹਉਮੈ ਨੂੰ ਤਿਆਗਿਆ ਜਾ ਸਕਦਾ ਹੈ। ਉਹ ਕਿਵੇਂ? ਮਨ ਦੀ ਸ਼ਾਂਤੀ ਨਾਲ। ਸਾਨੂੰ ਸਭ ਨੂੰ ਪਤਾ ਹੈ ਕਿ ਪਰਮਾਤਮਾ ਸ਼ਾਂਤੀ ਦਾ ਸੋਮਾ ਹੈ, ਇਸ ਲਈ ਸਾਨੂੰ ਪਰਮਾਤਮਾ ਨਾਲ ਇੱਕ ਮਿਕ ਹੋਣਾ ਪਵੇਗਾ ਤਾਂ ਜੋ ਸਾਡੇ ਅੰਦਰ ਮਨ ਦੀ ਸ਼ਾਂਤੀ ਆਵੇ ਅਤੇ ਅਸੀਂ ਹਉਮੈ ਨੂੰ ਤਿਆਗ ਸਕੀਏ। ਪਰ 2 ਵੱਖ ਵੱਖ ਚੀਜ਼ਾਂ ਕਦੇ ਇੱਕ ਮਿਕ ਨਹੀਂ ਹੋ ਸਕਦੀਆਂ। ਅਸੀਂ ਤੇਲ ਅਤੇ ਪਾਣੀ ਦੀ ਉਦਾਹਰਣ ਲੈ ਸਕਦੇ ਹਾਂ। ਪਾਣੀ ਵਿੱਚ ਪਈ ਤੇਲ ਦੀ ਬੂੰਦ ਕਦੇ ਵੀ ਇੱਕ ਮਿਕ ਨਹੀਂ ਹੁੰਦੀ, ਉਹ ਹਮੇਸ਼ਾ ਅਲੱਗ ਅਲੱਗ ਹੀ ਰਹਿੰਦੇ ਹਨ। ਇਸੇ ਤਰ੍ਹਾਂ ਪਰਮਾਤਮਾ ਸਰਬ ਪ੍ਰਿਯ ਹੈ, ਅਸੀਂ ਸਵੈ ਪ੍ਰਿਯ, ਫਿਰ ਅਸੀਂ ਇੱਕਮਿਕ ਕਿਵੇਂ ਹੋ ਸਕਦੇ ਹਾਂ? ਇਸਦਾ ਇੱਕ ਹੱਲ ਹੈ, ਸਾਨੂੰ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਪਵੇਗਾ। ਸਾਨੂੰ ਸਭ ਨੂੰ ਪਤਾ ਹੈ ਕਿ ਪਿਆਰ ਉਸ ਨਾਲ ਹੀ ਪੈਂਦਾ ਹੈ ਜਿਸ ਨੂੰ ਯਾਦ ਕੀਤਾ ਜਾਵੇ, ਇਸ ਲਈ ਸਾਨੂੰ ਪਰਮਾਤਮਾ ਨੂੰ ਸੱਚੇ ਹਿਰਦੇ ਨਾਲ ਯਾਦ ਕਰਕੇ, ਉਸਦਾ ਨਾਮ ਜਪ ਕੇ, ਉਸਨੂੰ ਹਮੇਸ਼ਾ ਆਪਣੇ ਮਨ ਵਿੱਚ ਵਸਾ ਕੇ, ਉਸ ਨਾਲ ਪਿਆਰ ਪਾ ਕੇ, ਉਸਦੇ ਸੁਭਾਅ ਨਾਲ ਆਪਣਾ ਸੁਭਾਅ ਰਲਾ ਕੇ ਉਸ ਨਾਲ ਇੱਕਮਿਕ ਹੋਇਆ ਜਾ ਸਕਦਾ ਹੈ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਕਿ ਗ੍ਰਸਤ ਵਿੱਚ ਰਹਿ ਕੇ ਹੀ ਦੁਨੀਆਂ ਵਾਸਤੇ ਜੀਵੀਏ। ਦੁਨੀਆਂ ਨਾਲ ਪਿਆਰ ਕਿਵੇਂ ਪਵੇਗਾ? ਪਰਮਾਤਮਾ ਨਾਲ ਪਿਆਰ ਪਾ ਕੇ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਏ ਕੰਨੀ। ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਮਨੁੱਖ ਜਿੰਨਾ ਮਰਜ਼ੀ ਸਮੇਂ ਨੂੰ ਫੜਨ ਦੀ ਕੋਸ਼ਿਸ਼ ਕਰ ਲਏ, ਉਹ ਕਦੇ ਸਮੇਂ ਨੂੰ ਫੜ ਨਹੀਂ ਸਕਦਾ। ਇਸ ਲਈ ਸਾਨੂੰ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਪਰ ਸਮੇਂ ਦੀ ਸੰਭਾਲ ਕਿਉਂ ਕਰਨੀ ਚਾਹੀਦੀ ਹੈ? ਇੱਕ ਵਾਰੀ ਇੱਕ ਬੰਦੇ ਨੇ ਦੂਸਰੇ ਨੂੰ ਪੁੱਛਿਆ ਕਿ ਟਾਈਮ ਕਿੰਨਾ ਹੋਇਆ, ਅਤੇ ਦੂਸਰੇ ਨੇ ਕਿਹਾ ਕਿ 8:30 ਹੋ ਗਏ ਨੇ। ਅਤੇ ਪਹਿਲੇ ਨੇ ਬੜੀ ਹੈਰਾਨੀ ਨਾਲ ਕਿਹਾ, ਕਹਿੰਦਾ 8:30 ਹੋ ਗਏ ਨੇ? ਦੂਸਰਾ ਕਹਿੰਦਾ ਹਾਂ। ਪਹਿਲਾਂ ਕਹਿੰਦਾ ਯਾਰ, ਮੈਂ ਸਵੇਰ ਦਾ ਇੱਕੋ ਹੀ ਸਵਾਲ ਅਲੱਗ ਅਲੱਗ ਬੰਦਿਆਂ ਨੂੰ ਪੁੱਛ ਰਿਹਾ ਅਤੇ ਸਾਰੇ ਮੈਨੂੰ ਅਲੱਗ ਅਲੱਗ ਜਵਾਬ ਦੇਈ ਜਾ ਰਹੇ ਨੇ। ਮਤਲਬ ਸਮਾਂ ਇੱਕ ਐਸੀ ਚੀਜ਼ ਹੈ ਜੋ ਚੱਲੀ ਜਾ ਰਿਹਾ ਹੈ। ਆਪਾਂ ਕਹਿ ਸਕਦੇ ਹਾਂ ਕਿ ਸਮਾਂ ਇੱਕ ਇੱਦਾਂ ਦੀ ਗੱਡੀ ਦੀ ਤਰ੍ਹਾਂ ਹੈ, ਜਿਸ ਤੁਸੀਂ ਇੱਦਾਂ ਦਾ ਫਿਊਲ ਪਾਤਾ ਜੋ ਕਦੀ ਖਤਮ ਹੀ ਨਹੀਂ ਹੁੰਦਾ, ਅਤੇ ਜੇ ਅਸੀਂ ਆਪਣੀ ਰਫਤਾਰ ਉਹਦੇ ਮੁਤਾਬਿਕ ਨਾ ਸੈੱਟ ਕੀਤੀ ਤਾਂ ਅਸੀਂ ਪਿੱਛੇ ਵੀ ਰਹਿ ਸਕਦੇ ਹਾਂ। ਅਸੀਂ ਵੇਖਦੇ ਹਾਂ ਕਿ ਪਹਿਲਾਂ 1G ਆਇਆ, ਫਿਰ 2G ਆਇਆ, ਫਿਰ 3G ਆਇਆ, ਫਿਰ 4G ਆਇਆ,
ਅਤੇ ਹੁਣ 5G ਤਿਆਰੀਆਂ ਖਿੱਚੀ ਬੈਠਾ ਹੈ। ਅਤੇ ਜੇ ਅੱਜ 4G ਦੇ ਜ਼ਮਾਨੇ ਵਿੱਚ ਕੋਈ ਬੰਦਾ 2G ਜਾਂ 3G ਚਲਾ ਰਿਹਾ ਹੋਵੇ ਤਾਂ ਅਸੀਂ ਕਹਾਂਗੇ ਉਹ ਸਮੇਂ ਤੋਂ ਪਿੱਛੇ ਹੈ, ਸਮੇਂ ਦੇ ਨਾਲ ਨਹੀਂ ਚੱਲ ਰਿਹਾ। ਭਾਵ ਸਮੇਂ ਦੇ ਨਾਲ ਚੱਲਣਾ ਜਾਂ ਸਮੇਂ ਦੀ ਸੰਭਾਲ ਕਰਨੀ ਇੱਕ ਬੜਾ ਵੱਡਾ ਗੁਣ ਹੈ। ਸਮੇਂ ਦੀ ਸੰਭਾਲ ਤੋਂ ਭਾਵ ਹੈ ਕਿ ਅਸੀਂ ਆਪਣੇ ਟਾਈਮ ਨੂੰ ਭਾਵ ਸਮੇਂ ਨੂੰ ਇਸ ਤਰ੍ਹਾਂ ਪਲਾਨ ਅਤੇ ਔਰਗਨਾਈਜ਼ ਕਰੀਏ ਕਿ ਅਸੀਂ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੀਏ। ਕਿਸੇ ਨੇ ਸਹੀ ਕਿਹਾ ਹੈ, ਯੈਸਟਰਡੇ ਇਜ਼ ਗੋਨ, ਟਮੋਰੋ ਇਜ਼ ਯੈਟ ਟੂ ਕਮ, ਵੀ ਹੈਵ ਟੂਡੇ, ਸੋ ਲੈਟ ਅਸ ਬਿਗਿਨ। ਭਾਵ ਅਸੀਂ ਅੱਜ ਤੋਂ ਹੀ ਆਪਣੇ ਟਾਈਮ ਦੀ ਸੰਭਾਲ ਕਰਨਾ ਸ਼ੁਰੂ ਕਰ ਦਈਏ ਤਾਂ ਜੋ ਅਸੀਂ ਆਪਣੇ ਹਰ ਕੰਮ ਨੂੰ ਇਫੈਕਟਿਵਲੀ ਅਤੇ ਐਫੀਸ਼ੈਂਟਲੀ ਕਰ ਸਕੀਏ। ਟਾਈਮ ਹਰ ਕਿਸੇ ਕੋਲ ਸੇਮ ਹੁੰਦਾ ਹੈ। ਇਹ ਹੁਣ ਹਰ ਇਨਸਾਨ 'ਤੇ ਡਿਪੈਂਡ ਕਰਦਾ ਹੈ ਕਿ ਉਹ ਆਪਣਾ ਟਾਈਮ ਕਿਵੇਂ ਯੂਜ਼ ਕਰਦਾ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਦਿਨ ਦੇ 24 ਘੰਟੇ ਵੀ ਘੱਟ ਪੈ ਗਏ ਹਨ। ਜੇ ਅਸੀਂ ਹਰ ਕੰਮ ਆਪਣਾ ਸਮੇਂ ਅਨੁਸਾਰ ਕਰੀਏ ਤਾਂ ਉਹ ਕੰਮ ਜਲਦੀ ਹੋ ਜਾਂਦਾ ਹੈ ਅਤੇ ਵਧੀਆ ਵੀ ਹੁੰਦਾ ਹੈ। ਮੈਂ ਤਾਂ ਹੈਰਾਨ ਹੁੰਦਾ ਹਾਂ ਕਿ ਕੁਦਰਤ ਵੀ ਸਾਨੂੰ ਟਾਈਮ ਦੀ ਸੰਭਾਲ ਕਰਨਾ ਸਿਖਾਉਂਦੀ ਹੈ। ਤੁਸੀਂ ਰੁੱਤਾਂ ਨੂੰ ਹੀ ਵੇਖ ਲਓ, ਪਹਿਲੇ ਬਸੰਤ ਰੁੱਤ ਆਉਂਦੀ ਹੈ, ਫਿਰ ਗਰਮੀਆਂ ਦੀ ਰੁੱਤ ਆਉਂਦੀ ਹੈ, ਫਿਰ ਬਾਰਿਸ਼ ਆਉਂਦੀ ਹੈ ਅਤੇ ਫਿਰ ਸਰਦੀਆਂ ਆਉਂਦੀਆਂ। ਕਦੇ ਇਸ ਤਰ੍ਹਾਂ ਹੋਇਆ ਕਿ ਪਹਿਲੇ ਬਾਰਿਸ਼ ਆ ਜਾਵੇ, ਫਿਰ ਗਰਮੀਆਂ ਆ ਜਾਵੇ, ਫਿਰ ਬਸੰਤ ਆ ਜਾਵੇ ਅਤੇ ਫਿਰ ਸਰਦੀਆਂ ਆਵਣ? ਤੁਸੀਂ ਚਲੋ ਸੂਰਜ ਨੂੰ ਹੀ ਵੇਖ ਲਓ, ਸੂਰਜ ਸਵੇਰੇ ਉੱਗਦਾ ਹੈ ਅਤੇ ਸ਼ਾਮੀ ਡੁੱਬਦਾ ਹੈ। ਕਦੇ ਇਸ ਤਰ੍ਹਾਂ ਹੋਇਆ ਕਿ ਸੂਰਜ ਆਲਸ ਮਾਰ ਜਾਵੇ ਅਤੇ ਕਦੇ ਮੈਂ ਨਹੀਂ ਆ ਜੁਖਣਾ, 24 ਘੰਟੇ ਲਈ ਰਾਤ ਹੀ ਹੋ ਜਾਵੇਗੀ। ਟਾਈਮ ਮੈਨੇਜਮੈਂਟ ਦੀ ਸਭ ਤੋਂ ਵੱਡੀ ਲੋੜ ਸਾਨੂੰ ਪੈਂਦੀ ਹੈ ਐਕਡੈਮਿਕ ਲਾਈਫ ਵਿੱਚ, ਯਾਨੀ ਕਿ ਵਿੱਦਿਅਕ ਜੀਵਨ ਵਿੱਚ। ਅਸੀਂ ਦੇਖਦੇ ਹਾਂ ਕਿ ਸਾਡੀ ਐਕਡੈਮਿਕ ਲਾਈਫ ਵਿੱਚ ਅਸੀਂ ਬੜੇ ਸਾਰੇ ਕੰਮ ਇੱਕੋ ਸਮੇਂ 'ਤੇ ਕਰਨੇ ਹੁੰਦੇ ਨੇ। ਅਸੀਂ ਸਕੂਲ ਦਾ ਕੰਮ ਵੀ ਕਰਨਾ ਹੈ, ਸਾਨੂੰ ਕੋਈ ਅਸਾਈਨਮੈਂਟ ਮਿਲੀ ਹੈ ਅਸੀਂ ਉਹ ਵੀ ਕਰਨੀ ਹੈ, ਸਾਡੀ ਕੋਈ ਐਕਟੀਵਿਟੀ ਹੈ ਉਹ ਵੀ ਕਰਨੀ ਹੈ, ਅਤੇ ਨਾਲ ਨਾਲ ਅਸੀਂ ਘਰ ਦਾ ਕੰਮ ਵੀ ਕਰਵਾਉਣਾ। ਅਤੇ ਅਜਿਹੇ ਵਿੱਚ ਜੇਕਰ ਅਸੀਂ ਆਪਣੇ ਟਾਈਮ ਨੂੰ ਸਹੀ ਤਰ੍ਹਾਂ ਮੈਨੇਜ ਨਾ ਕਰ ਪਾਈਏ ਤਾਂ ਅਸੀਂ ਪਿੱਛੇ ਵੀ ਰਹਿ ਸਕਦੇ ਹਾਂ। ਮੈਨੂੰ ਕਿਤੇ ਇੱਕ ਬੜੀ ਵਧੀਆ ਗੱਲ ਸਿੱਖਣ ਨੂੰ ਮਿਲੀ ਕਿ ਜੇ ਅਸੀਂ ਦੋ ਚੀਜ਼ਾਂ, ਇੱਕ ਕੈਲੰਡਰ ਅਤੇ ਇੱਕ ਕਲੋਕ, ਇਹਨਾਂ ਨੂੰ ਸੰਭਾਲਣਾ ਸਿੱਖ ਲਈਏ, ਇਹਨਾਂ ਦੀ ਸੰਭਾਲ ਕਰ ਲਈਏ, ਤਾਂ ਵੱਡੇ ਤੋਂ ਵੱਡਾ ਗੋਲ ਵੀ ਸਾਡੇ ਵਾਸਤੇ ਔਖਾ ਨਹੀਂ ਰਹਿ ਜਾਂਦਾ। ਟਾਈਮ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਨ ਲਈ ਸਾਨੂੰ ਟਾਈਮ ਟੇਬਲ ਦੀ ਲੋੜ ਹੁੰਦੀ ਹੈ। ਟਾਈਮ ਟੇਬਲ ਇੱਕ ਅਜਿਹਾ ਪਲਾਨ ਹੁੰਦਾ ਹੈ ਜਿਹਦੇ ਵਿੱਚ ਅਸੀਂ ਸਾਰੇ ਦਿਨ ਦੇ ਕੀਤੇ ਜਾਣ ਵਾਲੇ ਕੰਮ ਨੂੰ ਸਹੀ ਤਰੀਕੇ ਨਾਲ ਅਰੇਂਜ ਕਰ ਲੈਂਦੇ ਹਾਂ। ਇੱਕ ਵਧੀਆ ਟਾਈਮ ਟੇਬਲ ਨਾਲ ਸਮਾਂ ਘੱਟ ਬਰਬਾਦ ਹੁੰਦਾ ਹੈ ਅਤੇ ਕੰਮ ਜਲਦੀ ਵੀ ਹੋ ਜਾਂਦਾ ਹੈ। ਸਟੂਡੈਂਟਸ ਲਈ ਟਾਈਮ ਟੇਬਲ ਦੀ ਕਾਫੀ ਇੰਪੋਰਟੈਂਸ ਹੈ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿਹੜਾ ਸਬਜੈਕਟ ਕਿਸ ਟਾਈਮ ਪੜ੍ਹਨ ਅਤੇ ਕਿੰਨੀ ਕੁ ਦੇਰ ਪੜ੍ਹਨ। ਅਤੇ ਅੱਜ ਅਸੀਂ ਆਪਣੇ ਈ ਕੈਂਪਸ ਨੂੰ ਸਿਖਾਵਾਂਗੇ ਕਿ ਅਸੀਂ ਇੱਕ ਵਧੀਆ ਟਾਈਮ ਟੇਬਲ ਕਿਸ ਤਰ੍ਹਾਂ ਪ੍ਰਿਪੇਅਰ ਕਰ ਸਕਦੇ ਹਾਂ। ਟਾਈਮ ਟੇਬਲ ਬਣਾਉਣ ਦਾ ਸਭ ਤੋਂ ਪਹਿਲਾ ਸਟੈਪ ਹੈ ਜੀ, ਸੈਟਿੰਗ ਗੋਲਸ। ਇੱਕ ਸਟੂਡੈਂਟ ਨੂੰ ਪਹਿਲਾਂ ਆਪਣੇ ਗੋਲਸ ਨੂੰ ਸੈੱਟ ਕਰਨਾ ਪਏਗਾ ਕਿ ਉਸ ਸਟੂਡੈਂਟ ਨੇ ਅੱਗੇ ਕੀ ਕਿਸ ਚੀਜ਼ ਨੂੰ ਅਚੀਵ ਕਰਨਾ ਹੈ। ਅਤੇ ਗੋਲਸ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਲੌਂਗ ਟਰਮ ਗੋਲ, ਭਾਵ ਲੰਬੇ ਸਮੇਂ ਲਈ ਨਿਸ਼ਾਨੇ, ਸੈਕਿੰਡ ਸ਼ੋਰਟ ਟਰਮ ਗੋਲ, ਭਾਵ ਥੋੜ੍ਹੇ ਸਮੇਂ ਦੇ ਨਿਸ਼ਾਨੇ। ਟਾਈਮ ਟੇਬਲ ਬਣਾਉਣ ਵੇਲੇ ਤੁਸੀਂ ਲਿਖ ਲਓ ਕਿ ਤੁਸੀਂ ਟਾਈਮ ਟੇਬਲ ਵਿੱਚ ਕੀ ਚਾਹੁੰਦੇ ਹੋ। ਜੇ ਤੁਸੀਂ ਸੈਰ ਕਰਨਾ ਚਾਹੁੰਦੇ ਹੋ ਅਤੇ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਲਓ। ਲਿਖਣ ਤੋਂ ਬਾਅਦ ਤੁਸੀਂ ਦੇਖੋ ਕਿ ਤੁਸੀਂ ਕਿਸ ਚੀਜ਼ ਨੂੰ ਕਿੰਨਾ ਜ਼ਿਆਦਾ ਟਾਈਮ ਦੇਣਾ ਚਾਹੁੰਦੇ ਹੋ। ਉਸ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਨੂੰ ਅਰੇਂਜ ਕਰੋ ਕਿ ਤੁਸੀਂ ਕਿਹੜੀ ਚੀਜ਼ ਪਹਿਲਾਂ ਕਰਨਾ ਚਾਹੁੰਦੇ ਹੋ ਅਤੇ ਕਿਹੜੀ ਚੀਜ਼ ਬਾਅਦ ਵਿੱਚ। ਈ ਕੈਂਪਰਸ, ਇੱਕ ਗੱਲ ਧਿਆਨ ਰੱਖੋ ਕਿ ਸਵੇਰ ਵੇਲੇ ਸਾਡੀ ਧਿਆਨ ਲਾਉਣ ਦੀ ਸ਼ਕਤੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਜਿਹੜਾ ਕੰਮ ਤੁਹਾਨੂੰ ਔਖਾ ਲੱਗੇ ਜਾਂ ਫਿਰ ਜਿਹਦੇ ਜ਼ਿਆਦਾ ਦਿਮਾਗ ਲੱਗਣਾ ਹੋਵੇ ਉਹ ਕੰਮ ਤੁਸੀਂ ਸਵੇਰੇ ਕਰੋ। ਇੱਕ ਹੋਰ ਗੱਲ, ਤੁਸੀਂ ਕੰਮ ਕਰਨ ਵੇਲੇ ਵਿਚਕਾਰ ਥੋੜ੍ਹੀ ਥੋੜ੍ਹੀ ਬ੍ਰੇਕਸ ਵੀ ਰੱਖੋ, ਇਸ ਨਾਲ ਤੁਹਾਡੇ ਵਿੱਚ ਕੰਮ ਕਰਨ ਦੀ ਐਨਰਜੀ ਬਣੀ ਰਹੇਗੀ। ਆਪਣੇ ਦਿਨ ਦੇ ਅਖੀਰ ਵਿੱਚ ਅੱਧੇ ਤੋਂ 1 ਘੰਟੇ ਦਾ ਰਿਵੀਜ਼ਨ ਟਾਈਮ ਜ਼ਰੂਰ ਰੱਖੋ। ਇਸ ਵਿੱਚ ਤੁਸੀਂ ਜੋ ਕੁਝ ਵੀ ਪੂਰੇ ਦਿਨ 'ਚ ਵਿੱਚ ਸਿੱਖਿਆ ਹੈ ਉਸਨੂੰ ਦੁਹਰਾਓ। ਅਖੀਰ ਵਿੱਚ ਟਾਈਮ ਟੇਬਲ ਬਣਾਉਣ ਤੋਂ ਬਾਅਦ ਤੁਸੀਂ ਵੇਖੋ ਕਿ ਉਹ ਟਾਈਮ ਟੇਬਲ ਰੀਅਲਿਸਟਿਕ ਹੈ ਕਿ ਨਹੀਂ, ਮਤਲਬ ਕਿ ਉਸਨੂੰ ਫੋਲੋ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਜੇ ਤੁਸੀਂ ਬਣਾ ਲਓ ਕਿ ਮੈਂ ਸਿਰਫ 4 ਘੰਟੇ ਸੌਣਾ ਹੈ ਅਤੇ 16 ਘੰਟੇ ਪੜ੍ਹਨਾ ਹੈ, ਤਾਂ ਉਹ ਕਰਨਾ ਉਸਨੂੰ ਫੋਲੋ ਕਰਨਾ ਮੁਮਕਿਨ ਨਹੀਂ ਹੋਵੇਗਾ। ਇੱਕ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਟਾਈਮ ਟੇਬਲ ਵੀ ਅਸੀਂ 2 ਤਰੀਕਿਆਂ ਦਾ ਬਣਾ ਸਕਦੇ ਹਾਂ। ਇੱਕ ਤਾਂ ਜੋ ਅਸੀਂ ਆਮ ਕਰਕੇ ਬਣਾਉਂਦੇ ਹਾਂ ਇੱਕ ਫਿਕਸ ਟਾਈਮ ਟੇਬਲ। ਫਿਕਸ ਟਾਈਮ ਟੇਬਲ ਦਾ ਮਤਲਬ ਹੈ ਕਿ ਅਸੀਂ ਇੱਕ ਇੱਦਾਂ ਦਾ ਸਕੈਡਿਊਲ ਤਿਆਰ ਕਰ ਲਿਆ ਜਿਹਦੇ ਵਿੱਚ ਅਸੀਂ ਫਿਕਸ ਕਰ ਲਿਆ ਕਿ ਮੈਂ ਇੰਨੇ ਸਮੇਂ 'ਤੇ ਇੰਨੇ ਟਾਈਮ 'ਤੇ ਇਹ ਕੰਮ ਕਰਨਾ ਹੈ। ਅਤੇ ਦੂਸਰਾ ਹੈ ਜੋ ਅਸੀਂ ਸਿੱਖ ਸਕਦੇ ਹਾਂ, ਇੱਕ ਡੇਲੀ ਟਾਈਮ ਟੇਬਲ, ਯਾਨੀ ਕਿ ਇੱਕ ਰੋਜ਼ਾਨਾ ਦਾ ਟਾਈਮ ਟੇਬਲ। ਅਤੇ ਇਹ ਅਸੀਂ ਕਿਵੇਂ ਬਣਾ ਸਕਦੇ ਹਾਂ? ਪਹਿਲਾਂ ਅਸੀਂ ਇੱਕ ਟੂ ਡੂ ਲਿਸਟ ਤਿਆਰ ਕਰ ਲਈਏ, ਭਾਵ ਉਹਨਾਂ ਕੰਮਾਂ ਦੀ ਲਿਸਟ ਤਿਆਰ ਕਰ ਲਈਏ ਜੋ ਜੋ ਮੈਂ ਕਰਨੇ ਨੇ।
ਤੇ ਫਿਰ ਦੇਖੀਏ ਕਿ ਕਿਹੜੇ ਕੰਮ ਨੂੰ ਮੈਨੂੰ ਕਿੰਨਾ ਸਮਾਂ ਲੱਗੇਗਾ ਅਤੇ ਮੇਰੇ ਕੋਲ ਪੂਰੇ ਦਿਨ ਵਿੱਚ ਕਿੰਨਾ ਸਮਾਂ ਹੈ ਅਤੇ ਉਸ ਦੇ ਅਕੋਰਡਿੰਗ ਅਸੀਂ ਆਪਣਾ ਟਾਈਮ ਟੇਬਲ ਬਣਾ ਲਈਏ। ਇੱਕ ਡੇਲੀ ਟਾਈਮ ਟੇਬਲ ਬਣਾਉਣ ਦਾ ਇੱਕ ਬੈਨੀਫਿਟ ਇਹ ਹੈ ਕਿ ਜਦੋਂ ਅਸੀਂ ਹਰ ਰੋਜ਼ ਟਾਈਮ ਟੇਬਲ ਬਣਾਵਾਂਗੇ ਤਾਂ ਸਾਨੂੰ ਹਰ ਰੋਜ਼ ਮੋਟੀਵੇਸ਼ਨ ਮਿਲੇਗੀ ਕਿ ਅਸੀਂ ਉਸਨੂੰ ਫੋਲੋ ਕਰੀਏ। ਟਾਈਮ ਟੇਬਲ ਬਣਾਉਣ ਤੋਂ ਬਾਅਦ ਰਾਤ ਨੂੰ ਆਪਣੇ ਆਪ ਨੂੰ ਜੱਜ ਕਰੀਏ ਕਿ ਅਸੀਂ ਟਾਈਮ ਟੇਬਲ ਫੋਲੋ ਕੀਤਾ ਹੈ ਕਿ ਨਹੀਂ। ਇਹ ਕੰਮ ਅਸੀਂ ਆਪਣੇ ਆਪ ਨੂੰ ਮਾਰਕਸ ਦੇ ਕੇ ਵੀ ਕਰ ਸਕਦੇ ਹਾਂ। ਜੇ ਅਸੀਂ ਟਾਈਮ ਟੇਬਲ ਨੂੰ ਚੰਗੀ ਤਰ੍ਹਾਂ ਫੋਲੋ ਕੀਤਾ ਹੈ ਤਾਂ ਫੁੱਲ ਮਾਰਕਸ, ਜੇ ਨਹੀਂ ਕੀਤਾ ਤਾਂ ਘੱਟ ਮਾਰਕਸ। ਜੇ ਆਪਣੇ ਫੁੱਲ ਮਾਰਕਸ ਆਉਂਦੇ ਹਨ ਤਾਂ ਆਪਾਂ ਆਪਣੇ ਆਪ ਨੂੰ ਛੋਟੇ ਛੋਟੇ ਰਿਵਾਰਡਸ ਦੇ ਕੇ ਵੀ ਆਪਣੇ ਆਪ ਨੂੰ ਮੋਟੀਵੇਟ ਕਰ ਸਕਦੇ ਹਾਂ। ਜਿਵੇਂ ਜੇ ਆਪਣੇ ਪੂਰੇ ਹਫ਼ਤੇ ਵਧੀਆ ਤਰੀਕੇ ਨਾਲ ਆਪਾਂ ਟਾਈਮ ਟੇਬਲ ਫੋਲੋ ਕਰ ਲੈਂਦੇ ਹਾਂ ਤਾਂ ਆਪਾਂ ਸੰਡੇ ਦੇ ਦਿਨ ਰਿਲੈਕਸ ਕਰਕੇ ਕੋਈ ਆਪਣਾ ਫੇਵਰੇਟ ਕੰਮ ਵੀ ਕਰ ਸਕਦੇ ਹਾਂ। ਹੁਣ ਅਸੀਂ ਈ ਕੈਂਪਸ ਲਈ ਕੁਛ ਟਾਈਮ ਨੂੰ ਮੈਨੇਜ ਕਰਨ ਦੀਆਂ ਟਿਪਸ ਲੈ ਕੇ ਆਏ ਹਾਂ, ਜਿਵੇਂ ਕਿ ਫਸਟ ਹੈ ਜੀ, ਸਟਾਰਟ ਵਿਦ ਸਮਾਲ ਟਵੀਕਸ ਇਨ ਯੋਰ ਸਕੇਡਿਊਲ, ਭਾਵ ਅਸੀਂ ਆਪਣੇ ਟਾਈਮ ਟੇਬਲ ਜਾਂ ਸਕੇਡਿਊਲ ਵਿੱਚ ਕੁਛ ਕੁਛ ਐਡਜਸਟਮੈਂਟਸ ਵੀ ਕਰ ਸਕਦੇ ਹਾਂ, ਜਿਵੇਂ ਸਵੇਰੇ 10 ਮਿੰਟ ਪਹਿਲਾਂ ਉੱਠਣਾ, ਆਪਣੀ ਫੋਨ ਦੀ ਯੂਜੇਜ ਨੂੰ 10 ਤੋਂ 15 ਮਿੰਟ ਤੱਕ ਰਿਡਿਊਸ ਕਰਨਾ। ਸੈਕਿੰਡ ਹੈ ਜੀ, ਬਲੋਕ ਆਊਟ ਆਲ ਦ ਥਿੰਗਸ ਵਿੱਚ ਡਿਸਟਰੈਕਟ ਯੂ, ਜਿਹੜੀਆਂ ਚੀਜ਼ਾਂ ਤੁਹਾਨੂੰ ਆਪਣੇ ਕੰਮ ਕਰਨ ਤੋਂ ਡਿਸਟਰੈਕਟ ਕਰਦੀਆਂ ਨੇ, ਅਸੀਂ ਉਹਨਾਂ ਨੂੰ ਪਹਿਲਾਂ ਹੀ ਸਾਈਡ 'ਤੇ ਕਰ ਦਈਏ। ਲਰਨ ਟੂ ਸੇ ਨੋ, ਜਿਹੜੀਆਂ ਚੀਜ਼ਾਂ ਸਾਨੂੰ ਲੱਗਦੀਆਂ ਕਿ ਉਹ ਅਨਇੰਪੋਰਟੈਂਟ ਨੇ, ਅਸੀਂ ਉਹਨਾਂ ਲਈ ਨੋ ਕਹਿਣ ਦੀ ਆਦਤ ਪਾਈ ਹੈ। ਸੇ ਨੋ ਟੂ ਮਲਟੀ ਟਾਸਕਿੰਗ, ਮਲਟੀ ਟਾਸਕਿੰਗ ਭਾਵ ਜਦੋਂ ਅਸੀਂ ਇੱਕ ਟਾਈਮ 'ਤੇ ਬਹੁਤ ਸਾਰੇ ਕੰਮ ਕਰਦੇ ਹਾਂ, ਇਹਦੇ ਨਾਲ ਸਾਡੀ ਐਫੀਸ਼ੀਐਂਸੀ ਵੀ ਰਿਡਿਊਸ ਹੁੰਦੀ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਟਾਈਮ 'ਤੇ ਇੱਕ ਹੀ ਕੰਮ ਕਰੀਏ। ਨੈਕਸਟ ਹੈ ਜੀ, ਸਲੀਪ ਵੈਲ, ਸਾਨੂੰ ਘੱਟੋ ਘੱਟ 7 to 8 hours ਦੀ ਸਲੀਪ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਕੰਮ ਐਕਟਿਵਲੀ ਕਰ ਸਕੀਏ। ਨੈਕਸਟ ਇਜ਼ ਮੇਕ ਮੋਸਟ ਯੂਜ਼ ਆਫ ਯੋਰ ਲੈਜਰ ਟਾਈਮ, ਲੈਜਰ ਟਾਈਮ ਤੋਂ ਭਾਵ ਹੈ ਫਰੀ ਟਾਈਮ। ਅਸੀਂ ਆਪਣੇ ਫਰੀ ਟਾਈਮ ਨੂੰ ਬੁੱਕਸ ਰੀਡ ਕਰਕੇ, ਨਿਊਜ਼ ਪੇਪਰਸ, ਜਰਨਲਸ, ਮੈਗਜ਼ੀਨਸ ਨੂੰ ਰੀਡ ਕਰਕੇ ਪ੍ਰੋਡਕਟਿਵ ਵੇ ਵਿੱਚ ਵੀ ਯੂਟੀਲਾਈਜ਼ ਕਰ ਸਕਦੇ ਹਾਂ। ਨੈਕਸਟ ਹੈ ਜੀ, ਪਲਾਨ ਯੋਰ ਟਾਈਮ ਟੇਬਲ ਅ ਡੇ ਬਿਫੋਰ, ਅਸੀਂ ਇੱਕ ਦਿਨ ਪਹਿਲਾਂ ਹੀ ਆਪਣਾ ਟਾਈਮ ਟੇਬਲ ਪਲਾਨ ਕਰ ਲਈਏ ਤਾਂ ਜੋ ਅਸੀਂ ਅਗਲੇ ਦਿਨ ਉਸਨੂੰ ਅੱਛੀ ਤਰ੍ਹਾਂ ਫੋਲੋ ਕਰ ਸਕੀਏ। ਨੈਕਸਟ ਇਜ਼ ਰਿਵਿਊ ਯੋਰ ਡੇ, ਅਸੀਂ ਐਂਡ ਵਿੱਚ ਅਨਾਲਿਸਿਸ ਕਰੀਏ ਕਿ ਅਸੀਂ ਅੱਜ ਦੇ ਦਿਨ ਵਿੱਚ ਕੀ ਪ੍ਰੋਡਕਟਿਵ ਕੀਤਾ, ਕੀ ਸਾਡਾ ਟਾਈਮ ਟੇਬਲ ਰੀਅਲਿਸਟਿਕ ਸੀ। ਟਾਈਮ ਟੇਬਲ ਫੋਲੋ ਕਰਦੇ ਹਾਂ, ਇੱਕ ਗੱਲ ਧਿਆਨ ਰੱਖਣੀ ਬੜੀ ਜ਼ਰੂਰੀ ਹੈ ਕਿ ਸਿਰਫ ਇੱਕ ਟਾਈਮ ਦੇ ਸਲੋਟ ਨੂੰ ਹੀ ਪੂਰਾ ਕਰਨ ਲਈ ਨਾ ਪੜੀਏ। ਮਤਲਬ ਐਵੇਂ ਨਹੀਂ ਕਿ ਸਾਡੇ ਟਾਈਮ ਟੇਬਲ ਵਿੱਚ ਲਿਖਿਆ ਕਿ 3 ਘੰਟੇ ਪੜ੍ਹਨਾ ਹੈ ਅਤੇ ਅਸੀਂ 3 ਘੰਟੇ ਸਾਹਮਣੇ ਬੁੱਕ ਰੱਖ ਕੇ ਬੈਠ ਗਏ ਹਾਂ ਅਤੇ 3 ਘੰਟੇ ਬਾਅਦ ਕਹਿੰਦੇ ਹੋਏ ਮੇਰਾ ਟਾਈਮ ਟੇਬਲ ਕੰਪਲੀਟ ਹੋ ਗਿਆ। ਰੀਸੈਂਟਲੀ ਮੈਂ ਇੱਕ ਬੁੱਕ ਪੜ੍ਹੀ, ਦ ਲੋਸਟ ਟ੍ਰੈਕ ਆਫ ਟਾਈਮ, ਜਿਸ ਨੂੰ ਇੱਕ ਇੰਗਲਿਸ਼ ਔਥਰ ਪੇਜ ਬ੍ਰਿਟ ਨੇ ਲਿਖਿਆ ਹੈ। ਇਸ ਕਿਤਾਬ ਤੋਂ ਮੈਨੂੰ ਇੱਕ ਬੜੀ ਵਧੀਆ ਗੱਲ ਸਿੱਖਣ ਨੂੰ ਮਿਲੀ, ਜੋ ਸਾਰੇ ਈ ਕੈਂਪਰਸ ਨੋਟ ਕਰ ਲੈਣ, 1 today is worth 2 tomorrows, ਭਾਵ 1 ਅੱਜ 2 ਕੱਲ੍ਹ ਦੇ ਬਰਾਬਰ ਹੈ। ਜਿਹੜਾ ਕੰਮ ਤੁਸੀਂ ਅੱਜ ਕਰਨਾ ਹੈ, ਜੇ ਤੁਸੀਂ ਉਹਨੂੰ ਕੱਲ੍ਹ 'ਤੇ ਟਾਲ ਦਿੰਦੇ ਹੋ ਤਾਂ ਸ਼ਾਇਦ ਤੁਹਾਨੂੰ 2 ਦਿਨ ਲੱਗ ਜਾਣ ਉਸਨੂੰ ਕਰਦਿਆਂ ਨੂੰ। ਸੋ ਆਓ ਇਹਨਾਂ ਟਿਪਸ ਨੂੰ ਫੋਲੋ ਕਰੀਏ ਅਤੇ ਆਪਣੇ ਟਾਈਮ ਨੂੰ ਐਫੀਸ਼ੈਂਟਲੀ ਮੈਨੇਜ ਕਰੀਏ, ਉੱਚੇ ਗੋਲ ਸੈੱਟ ਕਰੀਏ ਅਤੇ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਹਿਜੇ ਹੀ ਅਚੀਵ ਕਰ ਸਕਦੇ ਹਾਂ। ਪਿਛਲੇ ਐਪੀਸੋਡ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ। ਸਵਾਲ ਨੰਬਰ 1, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿਸ ਸਨ ਵਿੱਚ ਹੋਇਆ? ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ 2, 1469 ਵਿੱਚ। ਸਵਾਲ ਨੰਬਰ 2, ਵੰਡ ਛਕਣ ਦਾ ਸੰਪੂਰਨ ਭਾਵ ਕੀ ਹੈ? ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ 4, ਵੰਡ ਛਕਣ ਦਾ ਸੰਪੂਰਨ ਭਾਵ ਹੈ ਆਪਣਾ ਗਿਆਨ, ਪਦਾਰਥ, ਸਮਾਂ, ਸਭ ਕੁਝ ਵੰਡ ਕੇ ਛਕਣਾ। ਅੱਜ ਦੇ ਸਵਾਲ। ਸਵਾਲ ਨੰਬਰ 1, ਕੀ ਸਾਨੂੰ ਅਪਸ਼ਗਨਾਂ ਤੋਂ ਡਰਨਾ ਚਾਹੀਦਾ ਹੈ? ਆਪਸ਼ਨ 1, ਹਾਂ ਇਹ ਹੁੰਦੇ ਹਨ, ਜ਼ਰੂਰ ਡਰੀਏ। ਆਪਸ਼ਨ 2, ਡਰੀਏ ਨਾ ਪਰ ਸੋਚੀਏ ਜ਼ਰੂਰ। ਆਪਸ਼ਨ 3, ਕਾਹਦੇ ਲਈ ਡਰੀਏ, ਸਾਡਾ ਸਾਹਿਬ ਡਾਢਾ ਹੈ, ਉਹ ਸਾਡੀ ਰੱਖਿਆ ਕਰੇਗਾ। ਆਪਸ਼ਨ 4, ਅਪਸ਼ਗਨ ਤੋਂ ਬਚਣ ਲਈ ਕੋਈ ਉਪਾਅ ਕਰੀਏ। ਸਵਾਲ ਨੰਬਰ 2, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਮੇਰੀ ਨਿੱਜੀ ਤਿਆਰੀ ਕੀ ਹੋਵੇ? ਆਪਸ਼ਨ 1, ਨਗਰ ਕੀਰਤਨ ਸਮਾਗਮਾਂ ਵਿੱਚ ਸੇਵਾ ਕਰੀਏ। ਆਪਸ਼ਨ 2, ਬਾਣੀ ਕੰਠ ਵਿਚਾਰ ਕਰੀਏ, ਗੁਰੂ ਜੀ ਦਾ ਜੀਵਨ ਪੜ੍ਹੀਏ, ਹੋਰਨਾਂ ਨੂੰ ਵੀ ਦੱਸੀਏ। ਆਪਸ਼ਨ 3, ਲੰਗਰ ਛਬੀਲਾਂ ਲਗਾਈਏ। ਆਪਸ਼ਨ 4,
रोज़ गुरुद्वारे मत्था टेकन जाइए। इस दे नाल ही अज दे ई कैंप की समाप्ति है। अगले हफ्ते इसे समय फिर आप जी नूं मिलांगे। वाहिगुरु जी का खालसा, वाहिगुरु जी की फतेह। दसो भाई किन्ने किन्ने नाम लिखाया। गुरु नानक दा पैगाम फैलाउन ई कैंप है आया। ग्लोबल।